ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਵੰਚੜੀ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅਰਸ਼ ਅਤੇ ਜੱਗੇ ਵੀਰ ਕੋਲ ਆਪਾਂ ਆਏ ਹਾਂ ਅਤੇ ਗੱਲਬਾਤ ਹੁਣ ਆਪਾਂ ਵੀਡੀਓ ਉਹਨਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਅੱਜ ਦੀ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ। ਅੱਜ ਜਿਹੜੇ ਬਿਲਕੁਲ ਹੀ ਨੋਰਮਲ ਰੇਟ ਕਹਿੰਦੇ ਕਰਨੇ, ਅੱਜ ਕਹਿੰਦੇ ਨਵੇਂ ਸਾਲ ਦੇ ਔਫਰ ਹੀ ਜਿਹੜੇ ਲਾਉਣੇ ਆ ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਉਹਨਾਂ ਨਾਲ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਅੱਜ ਤੁਹਾਨੂੰ ਸਾਰੀਆਂ ਜਾਂ ਤੋਕੜਾ ਗੱਬਣਾ ਅਤੇ ਜਾਂ ਸੱਜਣਾ ਸੂਈਆਂ ਤੁਹਾਨੂੰ ਦਿਖਾਉਣੀਆਂ ਵਾ, ਇੱਕੋ ਗਾਂ ਗੱਬਣ ਤੁਹਾਨੂੰ ਵਿਖਾਉਣੀ, ਬਾਕੀ ਤੋਕੜਾ ਗੱਬਣਾ ਸੱਜਣਾ ਸੂਈਆਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਤੇ ਬੜੇ ਅੱਜ ਤੇ ਸਾਰੇ ਖੁਰਲੀ ਭਰਤੀ ਜੀ, ਠੀਕ ਠੀਕ ਹੈ ਜੀ ਨਾ, ਬੁੱਢੇ ਹੋ ਬੜੀ ਲੋੜ ਜੀ ਅਜੇ ਸਾਨੂੰ ਢਾਡੀ, ਅਜੇ ਬੁੱਢੇ ਨਾ ਹੋ ਤੁਸੀਂ, ਬਾਅਦ ਚ ਨਾ ਤੁਸੀਂ ਰਿਟਾਇਰਮੈਂਟ ਲੈ ਲਓ। ਅੱਛਾ, ਆ ਤੁਹਾਨੂੰ ਦੱਸਿਆ ਟਾਈਮ ਟੂਮ ਦਾ ਥੋੜਾ ਜਿਹਾ ਹੋ ਜਾਂਦਾ ਅੱਗਾ ਪਿੱਛਾ, ਤੇ ਚਲੋ ਦਿਨ ਤੇ ਆਪਣੇ ਪੈ ਗਏ ਵੱਧ ਤੇ ਨਵਾਂ ਸਾਲ ਆ ਗਿਆ ਲੱਗ ਗਿਆ ਔਫਰ ਉੱਪਰ ਅੱਜ ਲਈ ਚਲੋ ਵੇਖ ਲੈਂਦੇ ਆ ਨਾਮ ਇੱਕ ਵਾਰੀ ਦੱਸ ਦਿਓ ਆਪਣਾ। ਪਿੰਡ ਵੰਚੜੀ, ਠੀਕ ਹੈ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅੰਮ੍ਰਿਤਸਰ, ਤੇ ਚਲੋ ਸ਼ੁਰੂਆਤ ਫਿਰ ਆਪਾਂ ਬੁਰੀ ਮੱਝ ਤੋਂ ਕਰਨੀ ਆ, ਕੱਦ ਕਾਠ ਪੱਖ ਵੇਖੀਏ ਤੇ ਚੰਗੀ ਆ, ਕਿੰਨਾ ਚਿਰ ਹੋਇਆ ਇਹਨੇ ਸੂਈ ਨੂੰ ਤੇ ਦੁੱਧ ਕਿੰਨਾ ਜਦੋਂ ਚਵਾ ਕੇ ਦੋਗੇ ਚਵਾ ਕੇ ਦੋਗੇ ਅੱਠ ਲੀਟਰ ਚਵਾ ਕੇ ਦੋਗੇ ਅੱਠ ਲੀਟਰ ਚਵਾ ਕੇ ਦੋਗੇ ਅੱਠ ਲੀਟਰ ਲਿਆ ਤੋਰੋ ਫਿਰ ਬੁਰੀ ਦੀ ਤੁਹਾਨੂੰ ਪਤਾ ਉਤਰਾ ਬੜੀ ਡਿਮਾਂਡ ਹੁੰਦੀ। ਬਾਕੀ ਇਹ ਆ ਕਿ ਜਿਹੜੀਆਂ ਤੇ ਸੂਈਆਂ ਸਵਾਈਆਂ ਵਾ, ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਹੈਗੀ, ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਿਆ ਕਰੋ। ਤੇ ਦੱਸਿਓ ਮੁੱਲ ਫਿਰ ਕਿੰਨਾ ਕੁ ਮੁੱਲ ਤੁਸੀਂ ਜਾਇਜ਼ ਰੱਖ ਦੇਣਾ ਵਾ? ਅੱਛਾ, ਪੰਜਾਹ ਹਜ਼ਾਰ ਕਰ ਦੇਣਾ ਜੇ ਝੋਟੀ ਹੁਣ ਤੁਹਾਨੂੰ ਦਿਖਾਉਣੀ ਆ, ਕਾਫੀ ਖੂਬਸੂਰਤ ਆ ਸਿੰਘਾਂ ਤੋਂ ਜਿਹੜੀ, ਠੀਕ ਆ। ਅੱਛਾ,
ਬੂਸੀ ਗਾੜੀ ਕਰਕੇ ਤੇ ਬਸ ਠੀਕ ਹੈ ਜੀ। ਬੂਸੀ ਤੇ ਮਿਲਦੀ ਜੇ ਬੂਸੀ ਅੱਛਾ ਥੱਲੇ ਰੱਖ ਦੇਣੀ ਅੱਛਾ ਠੀਕ ਹੈ ਜੀ ਅੱਛਾ ਅੱਛਾ ਥੱਲੇ ਬਹਿ ਜਾਓ ਤੇ ਦੁੱਧ ਕਿੰਨਾ ਇਹਦੇ ਕੋਲ ਕੋਟੀ ਕੋ ਦੁੱਧ 8 ਕਿਲੋ 8 ਕਿਲੋ ਹੈਗਾ ਦੁੱਧ ਬੂਸੀ ਚੱਟੀ ਜਾਣੀ ਤੇ ਕਿੰਨਾ ਚਿਰ ਹੋਇਆ ਸੂਈ ਨਾ ਠੀਕ ਹੈ ਜੀ ਚਲੋ ਲਿਆ ਤੋਰ ਫਿਰ ਇਹਨੂੰ ਵੀ ਠੀਕ ਹੈ ਜੀ ਤੇ ਥਣ ਥੁਣ ਸਾਰੇ ਓਕੇ ਬਿਲਕੁਲ ਪੂਰੇ ਕੱਟੀ ਦੇ ਕਿੰਨਾ ਰੱਖੀ ਇਹਦਾ ਮੁੱਲ ਫਿਰ 38 ਹਜ਼ਾਰ ਠੀਕ ਹੈ ਜੀ ਤੇ ਦੁੱਧ 8 ਕਿਲੋ ਹੈਗਾ ਇਹਦੇ ਕੋਲ ਤੇ 35 ਹਜ਼ਾਰ ਦੀ ਦੇ ਦੋਗੇ 8 ਕਿਲੋ ਦੂਜੀਆਂ ਦੇ 12 ਕਿਲੋ ਵਰਗਾ ਫੈਂਡ ਬੜੀ ਜੀ ਅੱਛਾ ਤੇ 35 ਹਜ਼ਾਰ ਦੀ ਦੇ ਦੇਣੀ 35 ਹਜ਼ਾਰ ਦੀ ਦੇ ਦਾਂਗੇ ਕੱਟੀ ਵੇਖੋ ਕੁੰਡੀ ਚੂਰ ਝੋਟੀ ਆ ਤੇ ਆ ਟੋਕੜ ਕੱਪ ਬਣਾ ਕੇ ਇਹ ਟੋਕੜ ਕੱਪ ਬਣਾ ਰਪੀ ਦੇ ਇਹ ਕਿੰਨੇ ਚਿਰ ਦੀ ਚੈੱਕ ਪਾਸ ਚ 3.5 ਮਹੀਨੇ ਦੀ 3.5 ਮਹੀਨੇ ਚੈੱਕ ਪਾਸ ਰਪੀ ਦੇ ਦੁੱਧ ਕਿੰਨਾ ਜੀ ਇਹਦੇ ਕੋ ਇਹ ਤਾਂ ਰਪੀ ਦੁੱਧ 5 ਕਿਲੋ 5 ਕਿਲੋ ਹੈਗਾ ਦੁੱਧ ਪੱਕਾ ਦੋ ਟਾਈਮ ਆਪਾਂ ਚਵਾਕ ਦਾਂਗੇ ਆਪਣੇ ਕੋਲ ਸੁਆ ਕਿਨਵਾ ਇਹਦਾ ਮਿਲਦੀ ਟੀਕੇ ਤੇ ਜੀ ਅੱਛਾ ਪਹਿਲਾ ਗਾੜੀ ਦੂਜੇ ਲਈ ਗੱਬਣ ਲਿਆ ਫਿਰ ਤੋਰੋ ਮਿਲਦੀ ਟੀਕੇ ਤੇ ਆ ਜਿਹੜਾ ਕਹਿੰਦੇ ਦੁੱਧ ਦੂਸਰੇ ਲਈ ਗਾਂ ਗੱਬਣ ਆ ਬਾਕੀ ਇਹ ਟਾਈਮ ਹੀ ਸਵੇਰ ਦਾ ਹੀ ਨਾਲੇ ਹੁਣ ਸਾਜਾ ਨੂੰ ਪਤਾ ਹੀ ਆ ਮੌਸਮ ਠੰਡਾ ਵਧੇ ਕਰਕੇ ਨਵਾਂ ਸਿਰ ਮੂੰਹ ਦੀ ਚੰਗੀ ਆ ਸਿਰ ਮੂੰਹ ਦੀ ਚੰਗੀ ਆ ਠੀਕ ਹੈ ਜੀ ਲੈ ਜਾ ਫਿਰ ਨਵੀਂ ਹੈ ਜੀ ਬਾਕੀ ਝੋਟੀਆਂ ਹੀ ਆ ਜਿਹੜੀਆਂ ਵਿਖਾਉਂਦੇ ਹਲੇ ਤੱਕ ਦੇ ਇਹ ਕਿੰਨੇ ਦੀ ਦੇ ਦੋਗੇ ਸ਼ਾਮ ਨੂੰ ਪਤਾ ਨੀ ਕਿਹੜੇ ਕਿਹੜੇ ਜ਼ਿਲ੍ਹੇ ਜਾਣੀਆਂ ਅੱਛਾ ਅੱਛਾ ਠੀਕ ਹੈ ਜ਼ਿਲ੍ਹਾ ਵੇਖਣਾ ਹਰ ਪੂਰੇ ਪੂਰੇ ਪੰਜਾਬ ਚ ਪਹੁੰਚਣਗੀਆਂ ਇਹ ਤੇ ਆਹ ਮਾਝੇ ਸੂਈ ਸਵਾਈ ਜੇ ਵੀ ਬੱਚਾ ਕਿਹੜਾ ਜੀ ਕਿੰਨੇ ਦਿਨ ਹੋਏ ਵੀਰ ਜੀ ਨੇ ਸੂਈ ਨੂੰ ਤੇ ਇਹ ਕਿੰਨੇ ਕੁ ਦੁੱਧ ਵਾਲੀ ਜੇ
ਫਿਰ ਵੇਖ ਜੀ ਉਹਨੇ ਦੇ ਜਿੰਨਾ ਰੇਟ ਕਰ ਦੇਣਾ ਅੱਛਾ ਮੱਝ ਦਾ ਦੁੱਧ ਪੀਣਾ ਵਾ ਹਾਂਜੀ ਉਹ ਵੀਰ ਨਾਲੇ ਦੁੱਧ ਚੋਲੂਗਾ ਤੇ ਨਾਲੇ ਜਿਹਨੇ ਗਾਂ ਰੱਖੀ ਉਹ ਗਾਂ ਨੂੰ ਛੁੱਟੀ ਦੇ ਦੂਗਾ ਤੇ ਮੈਂ ਉਹਨੇ ਦੀ ਘਰੇ ਬੰਨੂਗਾ ਠੀਕ ਹੈ ਇਹਦੇ ਮਗਰ ਦੇ ਥਾਣੇ ਸ਼ੁਰੂ ਤੋਂ ਹੀ ਨਹੀਂ ਚੱਲੇ ਸਿਰਫ ਦੋ ਹੀ ਥਾਣੇ ਚੱਲੇ ਸ਼ੁਰੂ ਤੋਂ ਹੀ ਕਹਿੰਦੇ ਤੇ ਇਹਦਾ ਵੀਰ ਜੀ ਫਿਰ ਕਿੰਨਾ ਮੁੱਲ ਜੇ ਅੱਛਾ ਅਗਲੇ ਠੀਕ ਹੈ ਜੀ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਸਤਾਈ ਹਜ਼ਾਰ ਦੀ ਛੱਬੀ ਦੀ ਜਦੋ ਮਰਜੀ ਕੋਈ ਵੇਚ ਸਕਦਾ ਹੈ ਠੀਕ ਹੈ ਠੀਕ ਹੈ ਜੀ ਸਾਰਾ ਸੂਆ ਚੋ ਕੇ ਫੇਰ ਠੀਕ ਹੈ ਪਿਓਰ ਚਾਰ ਦਿੰਦੇ ਹਰਪੀ ਦਾ ਕੋਈ ਓਦਾਂ ਗੱਲਾਂ ਨੀ ਜਿਹੜਾ ਹੈਗਾ ਸੱਤ ਕਿਲੋ ਮੇਰਾ ਵੀਰ ਭਰਾ ਕਰੋ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਸੱਤਾਂ ਪਾਈ ਜਾਣਾ ਦੁੱਧ ਘੜੂ ਲਿਆ ਫਿਰ ਤੋਰ ਹੈ ਕਰੀ ਟੋਕੜਾ ਦੇਣੀ ਟੋਕੜਾ ਦੇ ਭਾਈ ਆ ਅੱਛਾ ਵੀਡੀਓ ਤੁਹਾਨੂੰ ਫਿਰ ਦੱਸਦੇ ਠੀਕ ਹੈ ਜੀ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਸੂਆ ਪਹਿਲਾਂ ਹੀ ਆ ਜਿਹੜਾ ਇਹਦਾ ਬਾਕੀ ਜਿਹੜੀਆਂ ਤੇ ਸੂਈਆਂ ਸਵਾਈਆਂ ਵਾ ਉਹ ਇੱਥੇ ਆ ਕੇ ਆਪਣੀ ਚਵਾਈ ਕਰਕੇ ਆਪ ਵੇਚ ਆਖ ਕੇ ਖੜੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਲੈ ਜਾ ਫਿਰ ਉਸ ਤਰ੍ਹਾਂ ਜਿਹੜਾ ਡਰਦੀ ਆ ਬਸ ਚਵਾਈ ਜਿਹੜੀ ਕਹਿੰਦੇ ਕਿ ਬਿਨਾਂ ਰੱਸੇ ਤੋਂ ਆ ਉਧਰ ਨੂੰ ਥੋੜਾ ਜਿਹਾ ਤੇਜ਼ ਜਾਂਦੀ ਆ ਬਾਕੀ ਨਵੀਆਂ ਹਜੇ ਆਈਆਂ ਉਹਦੇ ਕਰਕੇ
ਫਿਰ ਜਦੋਂ ਕਿਤੇ ਜਗ੍ਹਾ ਬਦਲਦਾ ਉਦੋਂ ਪੁੱਛੋ, ਕਈ ਵਾਰੀ ਕਰ ਜਾਂਦਾ ਇਸ ਤਰ੍ਹਾਂ। ਥਾਣੇ ਤੇ ਵੇਖ ਸਕਦੇ ਜੇ ਇੱਕ ਵਾਰੀ। ਤੇ ਇਹ ਕਿੰਨੇ ਦੀ ਦੇ ਰਹੀ ਹੈ ਵੀਰ ਜੀ? ਫਿਰ ਆਪਾਂ ਕਿੰਨਾ 20,000 ਰੁਪਇਆ 20,000 ਹਾਂਜੀ ਉਹ ਚ ਵੀ ਕਰ ਦਈਏ ਕਰਾ ਲਓ। ਕਿੰਨੇ ਦੀ ਕਰ ਦਈਏ? 18 ਦੀ, 17,000 ਦੀ ਜਾਊਗੀ। ਬਾਕੀ ਅਜੇ ਸੂਨ ਚ ਟਾਈਮ ਥੋੜਾ, 2-4 ਦਿਨ ਅਜੇ ਖੜਦੀ ਆ। ਤੇ ਇਹ ਵੀਰ ਜੀ ਫਿਰ ਕਿੰਨੇ ਦੀ ਦੇ ਦਈਏ? 52,000 ਦੀ ਕਰਨਾ ਵਿੱਚ ਮਾਨ ਤਨ? ਤੁਸੀਂ ਕਰਾ ਲਓ ਜਿੰਨਾ ਕਰਾਉਣਾ। 50 ਤੋਂ ਅੰਦਰ ਲਿਆਈਏ ਇਹਨੂੰ? ਤੁਸੀਂ ਕਰਾ ਲਓ ਜਿੱਥੇ। ਕਿੰਨੇ ਕਿੰਨੇ ਦੀ ਕਰਨੀ ਜੱਸ ਨੂੰ? ਤੁਸੀਂ ਦੱਸਣੀ ਆ ਭਾਜੀ, ਤੁਸੀਂ ਦੱਸਣਾ ਜੀ। ਹਾਂਜੀ 48 ਦੀ, 48,000 ਦੀ ਦੇ ਦਈਏ ਵਿੱਚੋਂ 1,000 ਛੱਡਾਂ। 47,000 ਦੀ, 22 ਕਿਲੋ ਵਿੱਚ ਦੁੱਧ ਚਵਾਉਗੀ, ਬਾਕੀ ਲਾ ਟੱਲਾ ਵੜੀਆ ਲੈ ਹਰਪੀ ਦਾ ਵੇ। ਤੇ ਕੀ ਇਹ ਆ ਕੋਈ ਭਾਲ ਨਹੀਂ, ਅਟਰੀ ਅਟਰੀ ਸਾਰਾ। ਠੀਕ ਹੈ ਜੀ, ਇਹ ਜਿੱਦਰ ਦੀ ਮਰਜ਼ੀ ਬਾਈ ਜੇ ਥੱਲੇ। ਠੀਕ ਹੈ ਜੀ, ਕੋਈ ਵੀਰ ਭਰਾ ਫੋਨ ਹੋਏ ਪਾਣੇ ਬੰਦੇ ਕਿੱਥੇ ਦੇਣੀਆਂ ਵਾ? ਮਾਨਤਾਨ ਵਿੱਚ ਪੂਰੇ ਹੋਣਗੇ, ਖੁੱਲੇ ਹੀ ਕਰਨੇ ਆ, ਮੋੜਦਾ ਨਹੀਂ ਕਿਸੇ ਵੀਰ ਭਰਾ ਨਵਾਂ ਸਾਲ ਆਉਂਦਿਆ ਵਾ। ਠੀਕ ਹੈ ਜੀ ਹਾਂਜੀ। ਤੇ ਤੁਹਾਨੂੰ ਭਰਾ ਅਗਲੇ ਸਾਲ ਹੀ ਵੀਡੀਓ ਪੈਣੀ ਆ, 23 ਦੀ ਲਾਸਟ ਵੀਡੀਓ ਆ, 23 ਦੀ ਲਾਸਟ ਆ, ਅਗਲੇ ਸਾਲ ਦੀ ਆਖਰੀ। ਠੀਕ ਹੈ ਜੀ। ਤੇ ਕੋਈ ਅੱਜ ਗਾਂ ਟੋਕੜ ਗੱਬਣ ਵੀ ਹੈਗੀ ਜੀ? ਟੋਕੜ ਗੱਬਣ ਵੱਡੀ ਗਾਂ ਆ ਗਏ। ਅੱਛਾ ਹਾਂਜੀ, ਚੰਗੇ ਰਿਕਾਰਡ ਵਾਲੀ 16-17 ਕਿਲੋ ਦੁੱਧ ਵਾਲੀ। ਠੀਕ ਹੈ, ਹੁਣ ਕਿੰਨਾ ਜਦ ਕੋ ਦੁੱਧ? ਥਣ ਜਿਹੜਾ ਬੜਾ ਪਿਆਰਾ ਵਾ ਇਹਦੇ ਕੋਲ। ਆਜੋ ਲੈ ਆਓ ਵੀਰ ਜੀ, 6,000 ਬਾਕੀ ਦੁੱਧ ਦੀ ਆਪਣੀ ਚਵਾਈ ਕਰਕੇ ਖੜਨੀ ਤੁਸੀਂ। ਤੇ 50,000 ਦੀ ਅੱਜ ਕਿੰਨੇ ਦੀ ਦੇ ਦੇਣੀ? 22,000 ਦੀ ਕਰਨਾ ਵਿੱਚ ਮਾਨਤਾਨ? ਹੋਰ 20,000 ਦੀ ਦੇ ਦਿਆ ਨਾ, 20 ਦੇ ਕੇ 19 ਦੀ ਬਹੁਤ ਬਹੁਤ ਧੰਨਵਾਦ ਜੀ।
ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ, ਵੇਚ ਚਾਹ ਕੇ ਆਪਣੀ ਸਮਝ ਅਤੇ ਆਪਣੀ ਮਰਜ਼ੀ ਨਾਲ ਪਸ਼ੂ ਖੜ੍ਹੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।